ਮੈਂ ਪਤਾ ਇੱਕ ਪ੍ਰੈਕਟੀਕਲ ਜੀ ਚੀਜ਼ ਮੈਂ ਬੜੀ ਪ੍ਰੈਕਟੀਕਲ ਆ ਇਹ ਸਿਰਫ ਇਹ ਸ਼ਾਇਦ ਓਹ ਇਹ ਪੰਜਾਬੀ ਭੈਣ ਹੈ ਆਪਣੀ ਅੱਛਾ ਮੈਨੂੰ ਇਹ ਦੱਸੋ ਤਾਂ ਪੰਜਾਬੀ ਚ ਗੱਲ ਹੋਏਗੀ ਕਿਉਂਕਿ ਮੈਂ ਸ਼ਹਿਰ ਦੀ ਮੈਡਮ ਹੈ ਅੱਛਾ ਟਿਕਟੋਕਰ ਹੋ ਤੁਸੀਂ ਕੀ ਕਰਦੇ ਹੋ ਤੁਸੀਂ ਪਹਿਲੇ ਇਹ ਦੱਸੋ ਨਾ ਕਰਦੇ ਕੀ ਹੋ ਤਾਰਫ ਤੇ ਹੋਵੇ ਨਾ ਤੁਹਾਡਾ ਨਹੀਂ ਟਿਕਟੋਕਰ ਕਹਿ ਕੇ ਲੋਕ ਕੈਟੇਗਰਾਈਜ਼ ਕਰ ਦਿੰਦੇ ਬਟ ਆਮ ਆ ਇਨਫਲੂਐਂਸਰ ਐਂਡ ਯਾ ਆਮ ਅ ਕੋਰੀਓਗ੍ਰਾਫਰ ਐਂਡ ਇਨਫਲੂਐਂਸਰ ਯੂ ਕੈਨ ਕਾਲ ਅ ਸੈਲਿਬ੍ਰਿਟੀ ਓ ਮਾਈ ਗॉड ਥੈਂਕ ਯੂ ਸੋ ਮਚ ਅੱਛਾ ਜੀ ਤੇ ਦੱਸੋ ਤੁਸੀਂ ਸਪੈਸ਼ਲ ਹੈ ਮੈਚ ਦੇਖਣ ਵਾਸਤੇ ਆਏ ਸੋ ਦੁਬਈ ਟਿਕਟਸ ਤੁਸੀਂ ਸਾਰੇ ਇੰਡੀਆ ਦੇ ਮੈਚਸ ਦੀ ਜਿੰਨੀ ਬੰਦੀਆਂ ਸੀ ਤੁਹਾਡੇ ਹਿਸਾਬ ਨਾਲ ਉਹ ਲੈ ਲਈਆਂ ਤੇ ਹੁਣ ਅੱਜ ਕੀ ਹੋਇਆ ਇਹਨਾਂ ਨਾਲ ਇੱਕ ਇੱਕ ਸੱਚਾਈ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਾਕਿਸਤਾਨ ਦੇ ਵੀ ਲੈਤੀ ਆ ਆਈ ਐਮ ਸਪੋਰਟਿੰਗ ਪਾਕਿਸਤਾਨ ਐਜ਼ ਵੈਲ ਬਿਕਾਜ਼ ਵਾਹਿਗੁਰੂ ਦੀ ਸੌਂ ਦੇ ਆਰ ਪਲੇਇੰਗ ਵੈਰੀ ਗੁੱਡ ਐਂਡ ਆਈ ਰੀਲੀ ਸਪੋਰਟ ਪਾਕਿਸਤਾਨ ਐਜ਼ ਵੈਲ ਇਟਸ ਓਕੇ ਪਾਪਾ ਕਹਿੰਦੇ ਹੁੰਦੇ ਆ ਕਿ ਦੋ ਜਣਿਆਂ ਦੀ ਗੇਮ 'ਚ ਇੱਕੋ ਹੀ ਜਿੱਤਦਾ ਹੁੰਦਾ ਆ ਦੋਵੇਂ ਨਹੀਂ ਜਿੱਤ ਸਕਦੇ ਤਾਂ ਉਹ ਜਿੱਤ ਗਿਆ ਜਿਹੜਾ ਅੱਜ ਖੇਲ ਗਿਆ ਸੋ ਤੇ ਪਾਕਿਸਤਾਨ 'ਚ ਕਿਹਨੂੰ ਸਪੋਰਟ ਕਰਦੇ ਹੋ ਕਿਹੜੇ ਕਿਹੜਾ ਪਲੇਅਰ ਤੁਹਾਨੂੰ ਪਸੰਦ ਹੈ ਪਾਕਿਸਤਾਨ ਦੀ ਟੀਮ ਮੈਂ ਸੱਤ ਜਗ੍ਹਾ ਤੇ ਇੰਟਰਵਿਊ ਦੇ ਚੁੱਕੀ ਹਾਂ ਤੇ ਇਹ ਮੇਰਾ ਅੱਠਵਾਂ ਆ ਤੇ ਮੈਂ ਇਹ ਕਹੂੰਗੀ ਕਿ ਮੇਰੀ ਰੀਸੈਂਟਲੀ ਇੱਕ ਵੀਡੀਓ ਵਾਇਰਲ ਹੋਈ ਹੈ ਬਾਬਰ ਜੀ ਨਾਲ ਐਂਡ ਆਈ ਸਪੋਰਟ ਬਾਬਰ ਜੀ ਬਿਕਾਜ਼ ਆਫ ਕੋਰਸ ਉਹ ਹੀ ਚਲਾ ਰਿਹਾ ਪੂਰੀ ਟੀਮ ਗੁੱਡ ਲੱਕ ਬਾਬਰ ਨੂੰ ਯਾਨੀ ਕਿ ਸਪੋਰਟ ਕਰਦੇ ਹੋ ਤੇ ਰਿਜ਼ਵਾਨ ਵੀ ਆਫ ਕੋਰਸ ਰਿਜ਼ਵਾਨ ਇਜ਼ ਅ ਵੈਰੀ ਗੁੱਡ ਪਲੇਅਰ ਐਂਡ ਕੁੜੀਆਂ ਉਹਨਾਂ ਦੀ ਹਰਭਜਨ ਸਿੰਘ ਨੇ ਕਿਹਾ ਸੀ ਕਿ ਰਿਜ਼ਵਾਨ ਨੂੰ ਨਾ ਭੁੱਲਿਆ ਕਰੋ ਤੁਸੀਂ ਬਾਬਰ ਦੇ ਪਿੱਛੇ ਰਿਜ਼ਵਾਨ ਨੂੰ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਰਿਜ਼ਵਾਨ ਪਲੇਡ ਰੀਲੀ ਆਈ ਥਿੰਕ ਹੀ ਇਜ਼ ਦ ਵਨ ਹੂ ਟਰਨ ਦ ਹੋਲ ਮੈਚ ਅਰਾਊਂਡ ਰਿਜ਼ਵਾਨ ਦੀਆਂ ਕੁੜੀਆਂ ਬੜੀਆਂ ਕ੍ਰੇਜ਼ੀ ਫੈਨ ਨੇ ਆਈ ਥਿੰਕ ਦੈਟਸ ਵਾਈ ਐਵਰੀਬਾਡੀ ਆਸਕ ਅ ਗਰਲ ਕਿ ਤੁਹਾਡੀ ਪਾਕਿਸਤਾਨੀ ਟੀਮ ਵਿੱਚ ਤੁਸੀਂ ਕਿਹਦੇ ਫੈਨ ਹੋ ਉਹਦਾ ਵਿਆਹ ਹੋਇਆ ਹੈ ਬਾਬਰ ਠੀਕ ਹੈ ਬਾਬਰ ਠੀਕ ਹੈ ਬਾਬਰ ਦਾ ਵਿਆਹ ਨਹੀਂ ਹੋਇਆ ਹਲੇ ਬਾਬਰ ਆਸੇ ਕੁੜੀਆਂ ਦਾ ਹਿਸਾਬ ਤਾਂ ਠੀਕ ਹੈ ਰਿਜ਼ਵਾਨ ਨਾਲ ਨਹੀਂ ਹਲੇ ਬੰਦਾ ਉਹਦੇ ਬੱਚੇ ਨੇ ਉਹਦੀ ਬੁੱਢੀ ਬੁਰਕਾ ਪਾਉਂਦੀ ਹੈ ਚਲੋ ਉਹ ਠੀਕ ਹੈ ਉਹਨਾਂ ਦੀ ਪਰਸਨਲ ਲਾਈਫ ਹੈ ਬਟ ਇਦਾਂ ਤਾਂ ਵਿਰਾਟ ਦੇ ਵੀ ਬਹੁਤ ਡਾਈ ਹਾਰਡ ਫੈਨ ਨੇ ਉਹ ਵੀ ਵਿਆਹ ਹੋਇਆ ਸੋ ਇਟਸ ਜਸਟ ਲਾਈਕ ਅ ਕਨੈਕਸ਼ਨ ਜਿਹੜੇ ਕਿ ਆਡੀਅנס ਇੱਕ ਮਿਲ ਇੱਕ ਮੁਲਕ ਆਪਣੇ ਮਜ਼ਾਕ ਹੋ ਰਿਹਾ ਸੀ ਮੇਰੇ ਵੱਲੋਂ ਵੀ ਸਰ ਮਜ਼ਾਕ ਹੋ ਰਿਹਾ ਸੀ ਐਸੇ ਕੋਈ ਨਾ ਮੈਮ ਤੁਸੀਂ ਕੀ ਕਹੋਗੇ ਅੱਜ ਦਾ ਮੈਚ ਤੁਸੀਂ ਤੇ ਝੰਡੇ ਦੋਨਾਂ ਪਾਸੇ ਬਣਾਏ ਹੋਏ ਨੇ ਮੈਨੇ ਬਕਾਇਦਾ ਪੈਸੇ ਦੇ ਕੇ ਝੰਡਾ ਲਗਵਾਇਆ ਥਾ ਪਰ ਬੁਰਾ ਲੱਗ ਰਿਹਾ ਇੰਡੀਆ ਹਾਰ ਗਈ ਮੈਨੇ ਝੰਡਾ ਲਗਾਇਆ ਮੈਂ ਗਰਮੀ ਮੇ ਖੜੀ ਰਹੀ ਬਟ ਮੈਚ ਅੱਛਾ ਥਾ ਮਜ਼ਾ ਆਇਆ ਮੈਚ ਦੇਖ ਕੇ ਇੱਕ ਮਿੰਟ ਮੈਂ ਆਪਕੋ ਮੈਨੂੰ ਇਹਨਾਂ ਸੀ ਸਮਝ ਲਾਦੀ ਇੱਕ ਨਾ ਪੰਜਾਬੀ ਬੋਲਣਾ ਤੇ ਉਹ ਦੂਜੀ ਨੂੰ ਆਂਦੀ ਪੰਜਾਬੀ ਤੁਹਾਨੂੰ ਇਨਕੋ ਨਹੀਂ ਆਤੀ ਤੋ ਇਨਸੇ ਹਿੰਦੀ ਮੇ ਬਾਤ ਕਰਤੇ ਹੈ ਕਿਆ ਹਾਲ ਹੈ ਆਪਕੇ ਮੈਂ ਬਹੁਤ ਬੜਿਆ ਆਪ ਕੈਸੇ ਹੈ ਮੈਂ ਠੀਕ ਆਪਕਾ ਨਾਮ ਸ਼ਿਵਿਆ 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 ਇਹ ਬਤਾਏ ਭਾਰਤ ਕਾ IPL ਇਤਨਾ ਜ਼ਬਰਦਸਤ ਹੋਤਾ ਹੈ ਔਰ ਯਹਾਂ ਆ ਕੇ ਇਹ ਪਲੇਅਰਸ ਇਤਨੇ ਪਰਫਾਰਮ ਨਹੀਂ ਕਰ ਸਕਦੇ ਕਿਤਨਾ ਦੁੱਖ ਹੋਤਾ ਹੈ ਆਪਕੋ ਬਹੁਤ ਦੁੱਖ ਹੋਤਾ ਹੈ ਕਿਉਂਕਿ ਇਹ ਟਿਕਟਸ ਬਹੁਤ ਮਹਿੰਗੀ ਆਤੀ ਹੈ ਔਰ ਉਹ ਵੀ ਕਿਸੇ ਤਰ੍ਹਾਂ ਬਲੈਕਮੇਲ ਲੈਣੀ ਪੜਤੀ ਹੈ ਵੈਸੇ ਅਵੇਲੇਬਲ ਨਹੀਂ ਹੁੰਦੀ ਔਰ ਵਹਾਂ ਪੇ ਆ ਕੇ ਆਪਣੀ ਟੀਮ ਅਗਰ ਹਾਰ ਜਾਏ ਤਾਂ ਦੁੱਖ ਤਾਂ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਤਾਂ ਫਾਈਨਲ ਕੀ ਟਿਕਟ ਲਈ ਹੋਈ ਸੀ ਫਾਈਨਲ ਕੀ ਪਲੈਨਿੰਗ ਹੋ ਚੁੱਕੀ ਸੀ ਬਟ ਜਾਏਂਗੇ ਜ਼ਰੂਰ ਜੋ ਵੀ ਕੰਟਰੀ ਖੇਲੇਗੀ ਜਾਏਂਗੇ ਜ਼ਰੂਰ ਪਾਕਿਸਤਾਨ ਦਾ ਮੈਚ ਯਾਨੀ ਕਿ ਫਿਰ ਆਪ ਦੇਖੇਂਗੇ ਪਾਕਿਸਤਾਨ ਮੇ ਕਿਸਕੋ ਪਸੰਦ ਕਰਤੀ ਹੈ ਆਪ ਕਿਸ ਪਲੇਅਰ ਕੋ ਮੁਹੰਮਦ ਰਿਜ਼ਵਾਨ ਕੀ ਬੈਟਿੰਗ ਬਹੁਤ ਅੱਛੀ ਲੱਗੀ ਲਾਸਟ ਮੈਚ ਮੇ ਜੋ ਬਹੁਤ ਧਿਆਨ ਸੇ ਦੇਖਾ ਔਰ ਪਲੇਅਰ ਕੌਨ ਸਾ ਪਸੰਦ ਹੈ ਵੈਸੇ ਫੇਵਰਿਟ ਪਲੇਅਰ ਅਬੀ ਰਿਜ਼ਵਾਨ ਮੁਹੰਮਦ ਰਿਜ਼ਵਾਨ ਸ਼ਾਹੀਨ ਅਫਰੀਦੀ ਔਰ ਬਾਬਰ ਆਜ਼ਮ ਇਨਕੇ ਬਾਰੇ ਮੇ ਕਹਿੰਦੇ ਕ੍ਰਿਕਟ ਦੇਖਣਾ ਬਹੁਤ ਪਹਿਲੇ ਛੋੜ ਦਿਆ ਥਾ ਅਭੀ ਰੀਸੈਂਟਲੀ ਸ਼ੁਰੂ ਕੀਆ ਹੈ ਤਾਂ ਅਭੀ ਰਿਜ਼ਵਾਨ ਕੀ ਬੈਟਿੰਗ ਅੱਛੀ ਲੱਗ ਰਹੀ ਹੈ ਤਾਂ ਅਭੀ ਉਹ ਫੇਵਰਿਟ ਹੈ ਕਰੰਟਲੀ ਆਪ ਕੀ ਕਰਤੀ ਹੈ ਵੈਸੇ ਖੁਦ ਕੀ ਮਾਰਕੀਟਿੰਗ ਏਜੰਸੀ ਹੈ ਖੁਦ ਕੀ ਮਾਰਕੀਟਿੰਗ ਏਜੰਸੀ ਹੈ ਔਰ ਫਿਰ ਤਾਂ ਆਪਕਾ ਟਿਕਟ ਇਤਨਾ ਮਹਿੰਗਾ ਲੈਣਾ ਬਣਤਾ ਥਾ ਕੁਛ ਨਹੀਂ ਹੁੰਦਾ ਰਾਇਲ ਕਾ ਆਪਨੇ ਟਿਕਟ ਲਿਆ ਹੋਗਾ ਤਾਂ ਬਹੁਤ ਸ਼ੁਕਰੀਆ ਆਪਕਾ ਹਾਰਡ ਲੱਕ ਵਰਲਡ ਕੱਪ ਮੇ ਦੁਬਾਰਾ ਇਹ ਟੀਮ ਬੈਕਅਪ ਕਰੇ ਹਮਾਰੀ ਤਾਂ ਇਹ ਦੁਆ ਹੈ ਕਿਉਂਕਿ ਆਜ ਕਾ ਮੈਚ ਅਗਰ ਇੰਡੀਆ ਜੀਤਤਾ ਹੈ ਤਾਂ ਫਾਈਨਲ ਇੰਡੀਆ ਪਾਕਿਸਤਾਨ ਕਾ ਹੁੰਦਾ ਤਾਂ ਉਹ ਫਾਈਟ ਹੁੰਦਾ ਮਜ਼ਾ ਆਨਾ ਥਾ ਅਬ ਇਵੈਂਟ ਮੇ ਜਾਨ ਨਹੀਂ ਰਹੀ ਕਰੈਕਟ ਤਾਂ ਠੀਕ ਹੈ ਸ਼ੁਕਰੀਆ ਆਪਕਾ ਬਹੁਤ ਬਹੁਤ ਮੇਰੇ ਨਾਜ਼ਰੀਨ ਦੀਜੀਏ ਯਹਾਂ ਪਰ ਇਜਾਜ਼ਤ ਅੱਲਾ ਹਾਫਿਜ਼ ਮੈਂ ਮੈਮ ਕਿਆ ਕਹੇਂਗੀ ਆਜ ਕੇ ਮੈਚ ਕੇ ਬਾਰੇ ਮੈਂ ਸਰ ਭਈਆ ਹਮਨੇ ਸਭ ਕੇ ਆਜ ਕਾ ਮੈਚ ਦੁਬਾਰਾ ਬੋਲ ਦੇ ਬਹੁਤ ਬੜੀਆ ਖੇਲੇ ਸ਼੍ਰੀਲੰਕਾ ਔਰ ਇੰਡੀਆ ਕਾ ਲੱਗ ਵੀ ਰਹਾ ਥਾ ਥਕੇ ਹੋਏ ਪਹਿਲੇ ਸੇ ਪਤਾ ਨਹੀਂ ਕਿਉਂ ਐਸਾ ਸਟਾਰਟਿੰਗ ਓਵਰ ਸੀ ਲੱਗ ਰਹਾ ਥਾ ਔਰ ਯੇ ਨਹੀਂ ਸਰ ਬੜਾ ਸਕੋਰ ਬਣਾ ਲਿਆ ਥਾ ਉਹਨਾਂ ਨੇ ਇਤਨਾ ਥੋੜਾ ਸਕੋਰ ਨਹੀਂ ਇਤਨਾ ਨਹੀਂ ਆ 200 ਸਕੋਰ ਬਨਤਾ ਥਾ ਭਾਈ ਸਾਹਿਬ ਮੇਰੀ ਬਾਤ ਸਮਝੋ ਕੋਈ ਖੇਲਾ ਹੀ ਨਹੀਂ ਔਰ ਆਪਣੀ ਵਿਕਟ ਫੇਕ ਰਹੇ ਹੈ ਕਿਆ ਹੋਤਾ ਵਹੀ ਪਿੱਚ ਨਾ ਜਾ ਪੇ ਸ਼੍ਰੀਲੰਕਾ ਖੇਲ ਰਹੀ ਹੈ ਵਹੀ ਪਿੱਚ ਪੇ ਇੰਡੀਆ ਖੇਲੀ ਹੈ ਐਸਾ ਤਾਂ ਨਹੀਂ ਅਲੱਗ ਸੇ ਮੈਟ ਵਿਛਾਇਆ ਉਹਨਾਂ ਨੇ ਔਰ ਯੇ ਕਿ 10-15 ਰਨ ਬਣਾ ਕੇ ਆਪਣੀ ਵਿਕਟ ਦੇ ਰਹੇ ਥੇ ਲੈ ਲਓ ਭਾਈ ਕੈਚ ਪਕੜ ਲਓ ਫਾਈਨਲ ਕੀ ਕੋਈ ਤਿਆਰੀ ਕੀ ਹੋਈ ਥੀ ਮਾਈ ਭਾਜੀ ਮੈਨੂੰ ਲੱਗਦਾ ਨਹੀਂ ਹੈ ਤਾਂ ਫਾਈਨਲ ਕੀ ਟਿਕਟ ਹੈ ਨਾ ਭਾਜੀ ਆਈ ਸਰ ਇਸ ਮੈਂ ਟ੍ਰਿਪ ਦੇਖ ਲਓ ਆਪ ਯਹਾਂ ਪੜਾ ਕਿਤਨੇ ਕਾ ਲਿਆ ਥਾ ਫਾਈਨਲ ਹਮ ਤਾਂ ਭਾਜੀ ਹਮ ਤਾਂ ਸਪਾਂਸਰ ਹੈ ਭਾਜੀ ਸਪਾਂਸਰ ਹੈ ਮੈਮ ਕੀ ਕਹੇਂਗੀ ਅੱਜ ਕੇ ਮੈਚ ਮੇ ਅਭੀ ਇੱਕ ਇੰਡੀਅਨ ਫੈਨ ਥੀ ਆਂਸੂਆਂ ਕੇ ਸਾਥ ਰੋ ਰਹੀ ਥੀ ਵਿਚਾਰੀ ਮੈਨੂੰ ਉਹਨੇ ਪੁੱਛਾ ਕੀ ਹੁਆ ਉਹ ਬਾਤ ਨਹੀਂ ਕਰ ਪਾਈ ਇਤਨਾ ਉਹਨਾਂ ਕੋ ਦੁੱਖ ਥਾ ਤਾਂ ਆਪ ਕੋ ਕੋਈ ਇਸ ਤਰ੍ਹਾਂ ਮੈਂ